ਉਹ ਕਪਿਲ ਸ਼ਰਮਾ ਜੀ ਕਮੇਡੀਅਨ ਜਿਹੜੇ ਹਾਂਜੀ ਵਿਦ ਆਪਣੀ ਸਾਰੀ ਫੈਮਿਲੀ ਨਾਲ ਆਏ ਦੇਖੋ ਅਗਲੇ ਦਿਨ 12:15 ਵਜੇ ਤਕਰੀਬਨ 12:15-12:30 ਵਜੇ SHO ਸਾਹਿਬ ਅਜੈਬ ਸਿੰਘ ਜੀ ਮੇਰੇ 'ਤੇ ਕੇਸ ਦਰਜ ਕਰਦੇ ਨੇ ਔਰ ਮੇਰੇ 'ਤੇ ਕੇਸ ਦਰਜ ਕਰਨ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਜਿਹੜੀ ਤਸ਼ੱਦਦ ਕੀਤੀ ਮੈਂ ਤਾਂ ਸਗੋਂ ਇੱਜ਼ਤ ਮਾਣ ਵਧਿਆ ਆਪਣੇ ਜਲੰਧਰ ਦਾ ਜੀ ਇੱਥੇ ਮੇਰੇ ਕੋਲ ਕਪਿਲ ਸ਼ਰਮਾ ਜੀ ਆਏ ਨੇ ਹਾਂਜੀ ਆਪਣੇ ਸ਼ਹਿਰ ਦਾ ਇੱਜ਼ਤ ਵਧੀ ਹੈ ਮੈਂ ਕੋਈ ਮਾੜਾ ਕੰਮ ਨਹੀਂ ਕੀਤਾ ਕਿਸਾਨ ਜੀ ਕੰਪਲੇਂਟ ਲੈਣੀ ਕਿੰਨੇ ਜੀ ਪਰੌਂਠਿਆਂ ਵਾਲੇ ਕੋਲ ਵੀ ਕਿਸੇ ਅਫਸਰ ਵੱਡੇ ਨੇ ਕੰਪਲੇਂਟ ਲੈਣੀ SHO ਖਿਲਾਫ ਮੈਮ ਬੀਰ ਦਵਿੰਦਰ ਸਿੰਘ ਮੇਰਾ ਨਾਮ ਹੈ ਜੀ ਮੈਂ ਮਾਡਲ ਟਾਊਨ ਨਾਲ ਛੋਟੀ ਜੀ ਪਰੌਂਠਿਆਂ ਦੀ ਕਾਟ ਲਾਉਂਦਾ ਫੁੱਲ ਲਾਈਟ ਜੀ ਦੇਸੀ ਘਿਓ ਦੇ ਪਰੌਂਠੇ ਉੱਥੇ ਜੀ ਪਰਸੋਂ ਮੇਰੇ ਕੋਲ ਕਪਿਲ ਸ਼ਰਮਾ ਜੀ ਕਮੇਡੀਅਨ ਜਿਹੜੇ ਹਾਂਜੀ ਵਿਦ ਆਪਣੀ ਸਾਰੀ ਫੈਮਿਲੀ ਨਾਲ ਆਏ 3-4-5 ਕਾਰਾਂ ਸਰ ਮੈਡਮ ਅਤੇ ਉਸ ਤੋਂ ਅਗਲੇ ਦਿਨ ਹੀ ਮੇਰਾ ਰੂਟੀਨ ਵਾਈਜ਼ ਕੰਮ ਚੱਲ ਰਿਹਾ ਸੀ ਪਿਛਲੇ ਤਕਰੀਬਨ 3 ਮਹੀਨੇ ਤੋਂ ਬਹੁਤ ਕਿਰਪਾ ਸੀ ਵਾਹਿਗੁਰੂ ਜੀ ਤੁਹਾਡੇ ਸਾਰਿਆਂ ਦੀ ਅਸ਼ੀਰਵਾਦਾਂ ਸੀ ਜੀ ਮੇਰੇ ਕੋਲ ਅਗਲੇ ਦਿਨ 12:15 ਵਜੇ ਤਕਰੀਬਨ 12:15-12:30 ਵਜੇ SHO ਸਾਹਿਬ ਅਜੈਬ ਸਿੰਘ ਜੀ ਮੇਰੇ 'ਤੇ ਕੇਸ ਦਰਜ ਕਰਦੇ ਨੇ ਔਰ ਮੇਰੇ 'ਤੇ ਕੇਸ ਦਰਜ ਕਰਨ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਜਿਹੜੀ ਤਸ਼ੱਦਦ ਕੀਤੀ ਹਾਂਜੀ ਮੇਰੇ ਨਾਲ ਜਿਹੜੀ ਮਾਰਕੁੱਟ ਕੀਤੀ ਬੰਦ ਕਮਰੇ 'ਚ ਉਹ ਮੇਰੇ ਨਾਲ ਬਹੁਤ ਗਲਤ ਕੀਤਾ ਜੀ ਭਾਜੀ ਕਿਸ ਬਿਨਾਂ ਮਤਲਬ ਤੋਂ ਮੈਡਮ ਜੇ ਕੇਸ ਦਰਜ ਜੇ ਮੈਂ ਟਾਈਮਿੰਗ ਦੀ ਕੋਈ ਕਮਿਸ਼ਨਰ ਸਾਹਿਬ ਦੀ ਟਾਈਮਿੰਗ ਦੀ ਉਲੰਘਣਾ ਕੋਈ ਕੀਤੀ ਹੈ ਉਹ ਮੇਰੇ 'ਤੇ ਕੇਸ ਕੀਤਾ ਜਾਵੇ ਕੋਈ ਨਹੀਂ ਹਾਂਜੀ ਵੈਸੇ ਇੱਕ ਛੋਟਾ ਜਿਹੇ ਪਰੌਂਠੇ ਰਾਤ ਕੋਈ ਮਿਹਨਤ ਕਰਦਾ ਹੈ ਉਹਨੂੰ ਮਿਹਨਤ ਨਹੀਂ ਕੀਤੀ ਕਰਨ ਦੀ ਮਤਲਬ ਮਿਹਨਤ ਨਹੀਂ ਕਰ ਸਕਦਾ ਜੀ ਮਾਡਲ ਟਾਊਨ ਸੰਜੇ ਕਰਾਟੇ ਦੇ ਕੋਲ ਕੇਸ ਕਿਸ ਬਿਹਾਫ ਤੇ ਕੀਤਾ ਗਿਆ ਤੁਹਾਡੇ ਕੇਸ ਬਸ ਉਦਾਂ ਜੀ ਹੋਰ ਕਿਤੇ ਧੱਕਾ ਚੱਲਦਾ ਨਹੀਂ ਹਾਂਜੀ ਗਰੀਬ ਤੇ ਧੱਕਾ ਚੱਲਦਾ ਉਹ ਕਰ ਰਹੇ ਨੇ ਗੱਲ ਨਹੀਂ ਸਮਝੇ ਤੁਸੀਂ ਥੋੜਾ ਕਲੀਅਰ ਕਰੋ ਕਿ ਕੀ ਕਾਰਨ ਰਹੇ ਜਿਹੜਾ ਉਹਨਾਂ ਨੇ ਕੁਝ ਨਹੀਂ ਮਿਹਨਤ ਕਰ ਰਿਹਾ ਜੀ ਹਾਂਜੀ ਇਹਦੇ ਕੋਲ ਕਪਿਲ ਸ਼ਰਮਾ ਆ ਗਿਆ ਮਿਹਨਤ ਕਰ ਰਿਹਾ ਉੱਠ ਰਿਹਾ ਆਪਾਂ ਉੱਠਣ ਨਹੀਂ ਦੇਣਾ ਕਿਸੇ ਨੂੰ ਜੀ ਫਿਰ ਇਸ ਦੇ ਰਿਲੇਟਡ ਉਹਦੇ ਅਜੈਬ ਸਿੰਘ ਦੇ ਇਲਾਕੇ 'ਚ ਇੰਨਾ ਮਾੜੇ ਕੰਮ ਚੱਲ ਰਹੇ ਨੇ ਹਾਂਜੀ ਉਹ ਨਹੀਂ ਦਿਖਦੇ ਉਹਨੂੰ ਕਿਉਂਕਿ ਉੱਥੇ ਪੈਸੇ ਪਹੁੰਚ ਜਾਂਦੇ ਨੇ ਕਿਹੜੇ ਮਾੜੇ ਕੰਮ ਚੱਲ ਮਾੜੇ ਕੰਮ ਸਭ ਨੂੰ ਪਤਾ ਜੀ ਮਸਾਜ ਸੈਂਟਰ ਨਹੀਂ ਚੱਲ ਰਹੇ ਹਜੀ ਸੱਟਾਬਾਜ਼ੀ ਨਹੀਂ ਚੱਲ ਰਹੀ ਹੈ ਕੋਈ ਹੋਰ ਵੀ ਜੂਆ ਨਹੀਂ ਚੱਲ ਰਹੀ ਜਾਂ ਹੋਰ ਕਿਹੜੇ ਮਾੜੇ ਕੰਮ ਨਹੀਂ ਚੱਲ ਰਹੇ ਸਭ ਕੁਛ ਚੱਲਦਾ ਪਿਆ ਜੀ ਸਭ ਨੂੰ ਸਭ ਪਤਾ ਜੀ ਤੁਹਾਡੇ ਨਾਲ ਇੱਕ ਵਾਰੀ ਆ ਕੇ ਉਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੋਈ ਕੋਸ਼ਿਸ਼ ਨਹੀਂ ਸਿੱਧਾ ਆ ਕੇ ਮੈਨੂੰ ਕਿਹਾ 3 ਮਿੰਟ 'ਚ ਬੰਦ ਕਰ ਲਿਆ ਭਾਈ ਇਹਨੇ ਤੋਂ ਤੇਰੇ 'ਤੇ ਕੇਸ ਦਰਜ ਹੋਣਾ ਜੀ ਆਉਂਦੇ ਹੀ ਉਹਨੇ ਮਾਰਪੀਟ ਸਟਾਰਟ ਕਰਤੀ 20-25-30 ਜਾਣੇ ਆਏ ਨੇ ਮੇਰੇ ਕੋਲ ਹਾਂਜੀ ਥਾਣੇ ਲਿਜਾ ਕੇ ਉਹਨੇ ਕਿਸ ਸਮੇਂ ਆਉਂਦੇ ਨੇ ਉਹ ਵਿਅਕਤੀ ਤੇ ਕਦੋਂ ਤੁਹਾਡੇ ਨਾਲ 12:15-12:30 ਦਾ ਮੈਨੂੰ ਟਾਈਮਿੰਗ ਦੀ ਐਗਜ਼ੈਕਟ ਨਹੀਂ ਪਤਾ ਜੀ ਰਾਤ ਨੂੰ ਮਿਲੇ ਹਾਂਜੀ ਰਾਤ ਦੇ ਸਮੇਂ ਹਾਂਜੀ ਹਾਂਜੀ ਠੀਕ ਹੈ ਕੋਈ ਫੁਟੇਜ ਵਗੈਰਾ ਤੁਹਾਡੇ ਕੋਲ ਨਹੀਂ ਮੇਰੇ ਕੋ ਜੀ ਉਹ ਪੁਲਿਸ ਅਫਸਰ ਜੇ ਟਾਈਮਿੰਗ ਨਾ ਦੇਣ ਬੰਦੇ ਨੂੰ 30 ਬੰਦੇ ਇੱਕ ਬੰਦਾ ਇਕੱਲਾ ਕੀ ਕਰੇਗਾ ਜੀ 30 ਬੰਦੇ ਆ ਕੇ ਅੱਛਾ ਜਦੋਂ ਪਹੁੰਚਦੇ ਨੇ ਉੱਥੇ ਫੇਰ ਕੀ ਗੱਲਬਾਤ ਸ਼ੁਰੂ ਕਿੱਦਾਂ ਹੁੰਦੀ ਹੈ ਸ਼ੁਰੂ ਜੀ ਕਹਿੰਦੇ ਅੱਡਾ ਬੰਦ ਕਰ ਦਿਓ ਜੀ ਮੈਂ ਠੀਕ ਹੈ ਜੀ ਤੇ ਉਹਨਾਂ ਨੇ ਕਹਿਣ ਦਾ ਟਾਈਮ ਹੀ ਨਹੀਂ ਦਿੱਤਾ ਇਨ ਦਾ ਮੀਨ ਟਾਈਮ ਇੱਕ ਅਫਸਰ ਨੇ ਮੈਨੂੰ ਗਾਲ ਕੱਢੀ ਅਜੈਬ ਸਿੰਘ ਵੀ ਨਾਲ ਉੱਥੇ ਹੀ ਸੀਗਾ ਜੀ ਉਹਨਾਂ ਨੇ ਗਾਲਾਂ ਕੱਢੀਆਂ ਜੀ ਗਾਲਾਂ ਕੱਢਣ ਤੋਂ ਬਾਅਦ ਮੈਨੂੰ ਬਿਠਾਇਆ ਗੱਡੀ 'ਚ ਮੈਂ ਬਹਿ ਗਿਆ ਜੀ ਕੇਸ ਦਰਜ ਕੀਤਾ ਥਾਣੇ ਜਾ ਕੇ ਮੇਰੇ ਨਾਲ ਉਹ ਹਾਲ ਸ਼ਿੱਦਤ ਪੱਕੀ ਨਾਲ ਪੂਰੀ ਰਾਤ ਜੀ ਪਰਮਾਤਮਾ ਕਿਸੇ ਨਾਲ ਇੱਦਾਂ ਦਾ ਹੋਣ ਦਿਓ ਤੁਹਾਡੇ ਨਾਲ ਮਾਰਕੁੱਟ ਕੀਤੀ ਗਈ ਹਾਂਜੀ ਮਾਰਕੁੱਟ ਜੀ ਉਸ ਤੋਂ ਬਾਅਦ ਕੋਈ ਤੁਸੀਂ ਸਿਵਲ ਹਸਪੀਟਲ ਜਾ ਕੇ ਕੋਈ MLR ਕਟਾਈ ਜਾਂ ਕੁਝ ਕਰਾਈ ਮੈਂ ਨਹੀਂ ਕੁਝ ਨਾ ਮੇਰੇ ਕੋਲ ਟਾਈਮ ਸੀ ਮੈਂ ਉੱਥੋਂ 4:30-5 ਵਜੇ ਨਿਕਲਿਆ ਨਾ ਮੈਨੂੰ ਕੋਈ ਹੋਸ਼ ਸੀ ਜੀ ਜੋ ਉਹਨਾਂ ਨੇ ਮੇਰੇ ਨਾਲ ਕੀਤਾ ਨਾ ਧੱਕਾ
ਪਰਮਾਤਮਾ ਕਿਸੇ ਨਾਲ ਹੋਵੇ ਨਾ। ਤੁਸੀਂ ਇਕੱਲੇ ਉੱਥੋਂ ਜਦੋਂ ਨਿਕਲੇ ਹੋ ਇਕੱਲੇ ਹੀ ਨਿਕਲੇ ਹੋ? ਸੀ ਇਕੱਲੇ ਸੀ। ਕੀ ਹੋਈ ਲੈਣਾ ਹੈ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ? ਮੈਂ ਅਰਪਿਤ ਸ਼ੁਕਲਾ ਜੀ ਨਾਲ ਕੀਤੀ। ADGP ਰਹੇ ਨੇ ਆਪਣੇ ਇੱਥੇ, ਪਹਿਲੇ ਕਮਿਸ਼ਨਰ ਸਾਹਿਬ ਰਹੇ ਨੇ, ਫਿਰ IG ਰਹੇ ਨੇ। ਮੈਂ ਉਹਨਾਂ ਨੇ ਨਿਗਾਹ 'ਚ ਕੀਤਾ ਹੈ ਕੇਸ, ਅਤੇ ਆਪਣੇ IG ਸਾਹਿਬ ਦੀ ਵੀ, IG ਸਾਹਿਬ ਨਹੀਂ ਮਿਲੇ ਮੈਨੂੰ, ਕਮਿਸ਼ਨਰ ਸਾਹਿਬ ਦੀ ਵੀ ਨਿਗਾਹ 'ਚ ਕੀਤਾ ਜੀ। ਕੀ ਕਹਿੰਦੇ ਨੇ? ਕੁਛ ਨਹੀਂ ਜੀ, ਉਹਨਾਂ ਨੇ ਕੀ ਕਹਿਣਾ ਹੈ ਅਫਸਰ ਕੀ ਕਹਿੰਦੇ ਹੁੰਦੇ ਜੀ, ਪਤਾ ਹੀ ਆਪਾਂ ਨੂੰ। ਭਾਜੀ ਕੋਈ CCTV ਫੁਟੇਜ ਕੋਈ ਸਾਹਮਣੇ ਆਈ? ਕੋਈ ਨਹੀਂ ਕੁਝ ਕਢਾਉਣ ਦੀ ਕੋਸ਼ਿਸ਼ ਕੀਤੀ ਕੋਈ? ਨਹੀਂ, ਟਾਈਮ ਹੀ ਕਦੋਂ ਮਿਲਿਆ ਮੈਡਮ? ਕੱਲ੍ਹ ਰਾਤੀ ਇਹ ਸਾਰਾ ਸੀਨ ਹੋਇਆ। ਮੋਰਨਿੰਗ 7 6 ਵਜੇ ਉੱਠ ਕੇ ਇੱਥੇ ਫਿਰ ਸਵੇਰ ਦੇ ਧੱਕੇ ਖਾ ਰਿਹਾ ਜੀ। ਜਦੋਂ ਮੈਨੂੰ ਕੋਈ ਸ਼ਰਮਾ ਤੁਹਾਡੇ ਕੋਲ ਆਏ ਸੀ ਪਰਸੋਂ ਰਾਤ ਦੀ ਗੱਲ? ਪਰਸੋਂ ਰਾਤ ਤਾਂ ਉੱਥੇ ਕੋਈ ਕਰਾਊਡ ਵਗੈਰਾ ਵੀ? ਕੋਈ ਕਰਾਊਡ ਨਹੀਂ ਜੀ, ਕੋਈ ਕਰਾਊਡ ਨਹੀਂ ਮੈਡਮ। ਕਿ ਤੁਸੀਂ ਵਾਇਲੈਂਟ ਕੋਈ? ਕੁਝ ਵੀ ਨਹੀਂ ਅੱਜ ਤੱਕ ਮੈਡਮ, ਨਾ ਅਸੀਂ ਦਾਰੂ ਪੀਏ, ਨਾ ਪਿਲਾਈਏ, ਨਾ ਕੋਈ ਕੋਈ ਇੱਕ ਵੀ ਕਹਿ ਦੇ, ਇੱਕ ਵੀ ਕੋਈ ਹੁੱਲੜਬਾਜ਼ੀ ਹੋਈ ਹੋਵੇ, ਮਾੜਾ ਕੰਮ ਹੋਇਆ ਹੋਵੇ, ਇੱਕ ਗੱਡੀ ਨੇ ਵੀ ਆ ਕੇ ਖੱਪ ਪਾਈ ਹੋਵੇ ਸਾਡੇ ਕੋਲ ਆ ਕੇ, ਇੱਕ ਪ੍ਰੂਫ ਕਰ ਦਿਓ ਜੀ। ਮੈਂ ਕਹਿੰਦਾ ਮੇਰੇ 'ਤੇ ਇੱਕ ਹੋਰ ਕੇਸ ਦਰਜ ਕਰ ਦਿਓ। ਇਹ ਪਰੌਂਠਿਆਂ ਵਾਲੇ 'ਤੇ ਕੇਸ ਦਰਜ ਕਰ ਸਕਦੇ ਨੇ, ਹੋਰ ਕਿਤੇ ਵੱਡੀ ਥਾਵਾਂ 'ਤੇ ਇਹਨਾਂ ਦਾ ਧੱਕਾ ਨਹੀਂ ਚੱਲਣਾ। ਅਗਲੇ ਮਿੰਟ ਤੋਂ ਪਹਿਲੇ ਤਾਂ ਬਦਲੀਆਂ ਕਰਾ ਦਿੰਦੇ ਨੇ ਜੀ। ਹੁਣ ਕੋਈ ਤੁਹਾਡੇ ਵੱਲੋਂ ਕੋਈ ਕੰਪਲੇਂਟ ਵਗੈਰਾ ਕੁਛ ਦਿੱਤੀ ਗਈ? ਨਹੀਂ, ਮੈਂ ਕੋਈ ਕੰਪਲੇਂਟ ਨਹੀਂ ਜੀ। ਕੰਪਲੇਂਟ ਲੈਣੀ ਕਿੰਨੇ ਜੀ? ਪਰੌਂਠਿਆਂ ਵਾਲੇ ਕੋਲ ਵੀ ਕਿਸੇ ਅਫਸਰ ਵੱਡੇ ਨੇ ਕੰਪਲੇਂਟ ਲੈਣੀ SHO ਖਿਲਾਫ਼ ਜਾਂ ਹੋਰ ਅਫਸਰਾਂ ਖਿਲਾਫ਼? ਮੈਂ ਤਾਂ ਤੁਹਾਡੇ ਕੋਲ ਆਇਆ ਅੱਕ ਕੇ ਜੀ। ਲਾਸ਼ ਮੈਨੂੰ ਮੇਰੀ ਭਾਬੀ ਨੇ ਕਿਹਾ, ਮੇਰੇ ਭਰਾ ਨੇ ਕਿਹਾ ਅੱਕ ਕੇ, ਹਜੇ ਲਾਸ਼ਟ ਜੇ ਜਾਣਾ ਤੁਸੀਂ ਤਾਂ ਪ੍ਰੈਸ ਕਲੱਬ ਜਾਓ, ਉੱਥੇ ਤੁਹਾਨੂੰ ਇਨਸਾਫ਼ ਮਿਲਣਾ, ਹੋਰ ਕਿਤੇ ਨਹੀਂ ਮਿਲ ਸਕਦਾ। ਮੈਂ ਤਾਂ ਮਹਾਰਾਜ ਨੂੰ ਮੰਨਦਾ ਜੀ ਹਜੀ, ਅਤੇ ਦੂਜਾ ਦੁਨੀਆਦਾਰੀ 'ਚ ਪ੍ਰੈਸ ਕਲੱਬ ਆ ਗਿਆ ਜੀ, ਤੁਸੀਂ ਮੈਨੂੰ ਇਨਸਾਫ਼ ਦਵਾ ਸਕਦੇ? ਬਸ ਮੈਨੂੰ ਜਿਹੜਾ ਇਹਨਾਂ ਨੇ SHO ਨੇ ਅਤੇ ਹੋਰ ਅਫਸਰਾਂ ਨੇ ਮੈਨੂੰ ਧਮਕੀ ਦਿੱਤੀ ਹੈ, ਉਹ ਮੈਨੂੰ ਖਤਰਾ ਵੀ ਹੈ ਬਹੁਤ ਵੱਡਾ, ਕੋਈ ਛੋਟੀ ਗੱਲ ਨਹੀਂ ਹੋਈ। ਰਾਤੀ ਇੱਕ ਪਰੌਂਠੇ ਵਾਲੇ ਨੂੰ ਹੱਥ ਪਾਇਆ, ਬਹੁਤ ਮਾੜਾ ਕੰਮ ਉਹਨਾਂ ਨੇ ਕੀਤਾ ਮੇਰੇ ਨਾਲ, ਕੋਈ ਬੜਾ ਅੱਛਾ ਕੰਮ ਨਹੀਂ ਕੀਤਾ, ਤਾਂ ਪਰੌਂਠੇ ਵੇਚ ਰਿਹਾ ਸੀ। ਮਾੜਾ ਕੰਮ ਇੱਕ ਮੈਨੂੰ ਪ੍ਰੂਵ ਕਰ ਦੇਣ ਕਿ ਵੀਰ ਦਵਿੰਦਰ ਸਿੰਘ ਤੂੰ ਆਹ ਮਾੜਾ ਕੰਮ ਕੀਤਾ। ਮੈਂ ਤਾਂ ਸਗੋਂ ਇੱਜ਼ਤ ਮਾਣ ਵਧਿਆ ਆਪਣੇ ਜਲੰਧਰ ਦਾ ਜੀ। ਇੱਥੇ ਮੇਰੇ ਕੋਲ ਕਪਿਲ ਸ਼ਰਮਾ ਜੀ ਆਏ ਨੇ, ਹਾਂਜੀ ਆਪਣੇ ਸ਼ਹਿਰ ਦਾ ਇੱਜ਼ਤ ਵਧੀ ਹੈ। ਮੈਂ ਕੋਈ ਮਾੜਾ ਕੰਮ ਨਹੀਂ ਕੀਤਾ ਕਿਸਾਨ, ਕੋਈ ਮਾੜਾ ਕੰਮ ਮੈਨੂੰ ਪ੍ਰੂਫ ਕਰ ਦੇਣ ਵੀਰ ਦਵਿੰਦਰ ਤੂੰ ਆਹ ਮਾੜਾ ਕੰਮ ਕੀਤਾ। ਲੇਕਿਨ ਤੁਹਾਨੂੰ ਇੱਕ ਵਾਰੀ ਦੱਸ ਦਈਏ ਕਿ ਕਮਿਸ਼ਨਰ ਸਾਹਿਬ ਦੇ ਆਰਡਰ ਨੇ ਕਿ ਕੋਈ ਉਹਨਾਂ ਦਾ ਆਰਡਰ ਮੈਂ ਜਾਣੀ ਹੈ ਜੀ, ਮੈਨੂੰ ਪਤਾ ਹੈ ਜੀ। ਮੈਂ ਉਹਨਾਂ ਦੇ ਆਰਡਰ ਤੋਂ ਬਾਅਦ ਮੈਂ DC ਸਾਹਿਬ ਕੋਲ ਪੇਸ਼ ਹੋਇਆ ਰਿਕੁਐਸਟ ਕਰਨ ਲਈ। DC ਸਾਹਿਬ ਨੇ ਮੈਨੂੰ ਕਿਹਾ ਬੇਟੇ ਜੀ ਲਾ ਲਓ, ਉਹਨਾਂ ਕੋਲ ਰਿਟਰਨ ਰਿਟਰਨ ਲੈਣਾ ਚਾਹੀਦਾ ਸੀ, ਨਹੀਂ ਲਿੱਤਾ ਤੇ ਅੱਜ ਇਹ ਸਭ ਕੁਝ ਹੋ ਗਿਆ ਜੀ। ਜੇ ਧੱਕਾ ਹੋਣਾ ਹੋ ਹੀ ਜਾਣਾ ਜੀ, ਭਾਵੇਂ ਰਿਟਰਨ ਵੀ ਲਿੱਤਾ ਹੁੰਦਾ, ਜੇ ਧੱਕਾ ਲਿਖਿਆ ਜੀ ਧੱਕਾ ਹੋ ਗਿਆ ਜੀ। ਤੁਹਾਡੇ ਵੱਲੋਂ ਕੋਈ ਇਸ ਦੇ ਰਿਲੇਟਡ ਕੋਈ ਹੁਣ CCTV ਫੁਟੇਜ ਕਢਵਾਈ ਜਾਏਗੀ? ਕਢਵਾਈ ਜਾਏਗੀ, ਮੈਂ ਕੋਸ਼ਿਸ਼ ਪੂਰੀ ਕਰਾਂਗਾ। ਮੈਨੂੰ ਨਹੀਂ ਲੱਗਦਾ ਕਿ ਜਿਹੜੇ ਅਫਸਰਾਂ ਦੇ ਮੈਂ ਜਿਨ੍ਹਾਂ ਨੇ ਮੈਨੂੰ ਹੱਥ ਪਾਇਆ ਉਹ ਕਢਵਾਉਣ ਦੀ, ਮਤਲਬ ਉਹਨਾਂ ਦੀ ਇੰਨੀਆਂ ਤਨਖਾਹਾਂ ਹੈ, ਮੇਰੇ ਕੋਲ 0 ਹੈ ਜੀ। ਮੈਂ ਰੋਡ 'ਤੇ ਖੜ੍ਹਾਂ ਕਿ ਮੇਰੇ ਕੋਲ ਕੀ ਹੋਏਗਾ ਤੁਸੀਂ ਆਪੇ ਸੋਚ ਲਓ ਜੀ। ਅੱਕ ਕੇ ਮੈਂ ਇੱਥੇ ਆਇਆ ਜੀ, ਬੜਾ ਮੁਸ਼ਕਿਲ ਪ੍ਰੈਸ ਕਾਨਫਰੰਸ ਕਲੱਬ ਆਇਆ ਤੁਹਾਡੇ ਕੋਲ ਉਮੀਦ ਲੈ ਕੇ, ਅਤੇ ਮੇਰੇ ਕੋਲ ਕੋਈ ਪ੍ਰੂਫ ਵੀ ਨਹੀਂ ਹੈ। ਮੈਨੂੰ ਉਹਨਾਂ ਨੇ ਕੁੱਟਿਆ ਮਾਰਿਆ, ਮੈਂ ਪ੍ਰੂਫ ਕਿੱਦਾਂ ਦੇ ਸਕਦਾ ਜੀ? ਦੱਸੋ ਕਿ ਮੇਰੀ ਜਗ੍ਹਾ ਕੋਈ ਵੀ ਹੋਵੋਗੇ ਕੋਈ ਪ੍ਰੂਫ ਨਹੀਂ ਦੇ ਸਕਦਾ ਜੀ। ਪੁਲਿਸ ਨੇ ਲਿਜਾ ਕੇ ਇੱਥੇ ਪਿਆਰ ਤਾਂ ਮੈਨੂੰ ਕਰਨਾ ਨਹੀਂ ਜੀ, ਮੇਰੀ ਮੈਨੂੰ ਪਤਾ ਮੇਰੇ ਨਾਲ ਕੀ ਹੋਇਆ ਜਾਂ ਮੇਰਾ ਮਹਾਰਾਜ ਜਾਣਦਾ। ਠੀਕ ਹੈ ਭਾਈ।